ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਸਤਿ ਸ਼੍ਰੀ ਅਕਾਲ ਜੀ। ਉਮੀਦ ਕਰਦੇ ਹਾਂ ਜੀ ਤੁਸੀਂ ਸਾਰੇ ਠੀਕ ਹੋਵੋਗੇ। ਤੇ ਅੱਜ ਆਪਾਂ ਫੇਰ ਚੱਲੇ ਹਾਂ ਜੀ ਮੈਰਿਜ ਤੇ। ਇਹ ਵੀ ਇੱਕ ਇੰਡੋ ਕੈਨੇਡੀਅਨ ਮੈਰਿਜ ਹੀ ਆ। ਇਹ ਸਾਡੇ ਮੇਰੇ ਵੀਰੇ ਦੀ ਮੈਰਿਜ ਆ, ਮਾਸੀ ਜੀ ਦੇ ਬੇਟੇ ਦੀ, ਜਿਹਦੀ ਆਪਾਂ ਤੁਹਾਨੂੰ ਜਾਗੋ ਦਾ ਬਲੌਗ ਦਿੱਤਾ ਸੀ, ਉਸੇ ਵੀਰੇ ਦਾ ਇਹ ਵਿਆਹ ਆ। ਤੇ ਉਮੀਦ ਕਰਦੇ ਹਾਂ ਵੀ ਤੁਸੀਂ ਸਾਰੇ ਇੰਜੋਏ ਕਰੋਗੇ। ਐਂਡ ਤੱਕ ਵੀਡੀਓ ਨੂੰ ਜ਼ਰੂਰ ਦੇਖਿਓ। ਥੈਂਕ ਯੂ ਬਹੁਤ ਬਹੁਤ ਤੁਹਾਡਾ, ਤੁਸੀਂ ਪਹਿਲਾਂ ਵਾਲੀ ਵੀਡੀਓ ਨੂੰ ਕਾਫੀ ਪਿਆਰ ਦਿੱਤਾ। ਐਸ ਕੰਪੈਰੇਟਿਵ ਟੂ ਪੁਰਾਣੀਆਂ ਵੀਡੀਓਜ਼ ਦੇ ਕੰਪੈਰੇਟਿਵਲੀ ਤੁਹਾਡੇ ਜਿਹੜੇ ਵਿਊਜ਼ ਸੀਗੇ ਪਿਛਲੀ ਵੀਡੀਓ ਦੇ ਵਿੱਚ ਬਹੁਤ ਜ਼ਿਆਦਾ ਸੀਗੇ। ਤੁਹਾਡਾ ਬਹੁਤ ਬਹੁਤ ਥੈਂਕਸ ਕਰਦੇ, ਇੱਦਾਂ ਹੀ ਪਿਆਰ ਦਿੰਦੇ ਰਹੋ। ਚਲੋ ਫਿਰ ਮਿਲਦੇ ਹਾਂ ਜੀ ਪੈਲੇਸ 'ਚ ਜਾ ਕੇ। ਤੇ ਸਾਡੇ ਨਾਲ ਸਾਡਾ ਇੱਕ ਹੋਰ ਵੀਰਾ ਚੱਲਿਆ ਆ, ਸੁੱਖ। ਸੁੱਖ ਨੂੰ ਤੁਸੀਂ ਜਾਣਦੇ ਹੀ ਹੋ ਸਾਰੇ ਬੈਟਰ। ਤੇ ਅੱਜ ਇਹਦੀ ਵਾਰੀ ਆ ਗਈ ਜੀ। ਅੱਜ ਭੂਆ ਥੋੜੇ ਜਿਹੇ ਬਿਮਾਰ ਸੀ ਭੂਆ ਜੀ। ਅੱਜ ਫਰੈਂਡਸ ਭੂਆ ਜੀ ਨਹੀਂ ਆਏ ਨਾਲ, ਕਿਉਂਕਿ ਭੂਆ ਜੀ ਕੱਲ ਡਾਕਟਰ ਦੇ ਗਏ ਸੀਗੇ। ਸੈਣਾ ਭਦੌੜ ਹੈਗਾ ਪੰਜਾਬ ਨੈਚੁਰੋਪੈਥੀ ਐਂਡ ਯੋਗਾ ਹਸਪੀਟਲ, ਉੱਥੇ ਗਏ ਸੀਗੇ ਉਹ ਡਾਕਟਰ ਗੁਰਮੇਲ ਸਿੰਘ ਵਿਰਕ। ਹਾਂਜੀ, ਡਾਕਟਰ ਗੁਰਮੇਲ ਸਿੰਘ ਵਿਰਕ ਨੂੰ ਮਿਲਣ ਗਏ ਸੀਗੇ। ਤੇ ਉਹ ਥੱਕ ਕੇ ਕਾਫੀ ਜ਼ਿਆਦਾ, ਉਹਨਾਂ ਨੂੰ ਫੀਵਰ ਹੋ ਗਿਆ, ਹੈਡਿਕ ਬਹੁਤ ਜ਼ਿਆਦਾ ਹੋ ਰਹੀ ਸੀ। ਤੇ ਫਿਰ ਉਹ ਕਹਿੰਦੇ ਅੱਜ ਦਾ ਵੀ ਨਹੀਂ ਜਾ ਪਾਵਾਂਗੇ ਨਾ। ਚਲੋ ਜੀ ਹੁਣ ਆਪਾਂ ਮਿਲਦੇ ਆ ਤੁਹਾਨੂੰ ਪੈਲਸ ਦੇ ਵਿੱਚ ਜਾ ਕੇ। ਹਲੇ ਜਾਣਾ ਬਹੁਤ ਦੂਰ ਆ, ਅਸੀਂ ਮਰੇਲਕੋਟਲੇ ਤੋਂ ਗਾਂ ਜਾਣਾ ਆ ਅਮਰਗੜ੍ਹ। ਤੇ ਬਣੇ ਰਹੋ ਐਂਡ ਤੱਕ, ਵੀਡੀਓ ਜ਼ਰੂਰ ਦੇਖਿਓ, ਦਿਖਾਉਂਦੇ ਆ ਤੁਹਾਨੂੰ ਮੈਰਿਜ ਇੱਕ ਹੋਰ ਬਹੁਤ ਵਧੀਆ। ਚਲੋ ਜੀ ਮਿਲਦੇ ਆ ਆਪਾਂ ਪੈਲਸ 'ਚ ਜਾ ਕੇ। ਆਓ ਜੀ ਆਪਾਂ ਪਹੁੰਚ ਚੁੱਕੇ ਹਾਂ ਵਿਆਹ ਦੇ ਵਿੱਚ, ਆ ਜਾਓ ਚੱਲਦੇ ਹਾਂ ਅੰਦਰ।
ਮੇਲਾ ਉਸਨੂੰ ਆਖਦੇ ਨੇ ਸੁਣੋ ਯਾਰ ਮੇਰਾ ਵਿੱਚ ਆ ਗਿਆ ਤੇ ਯਾਰ ਮੇਰੇ ਜਿਉਂਦੇ ਜੀ ਹੁੰਦੇ ਰਹਿਣਗੇ ਤੱਕ ਮੇਰਾ ਆਧਾਰ ਮਿਲੇ ਜੇ ਨਾ ਹੋਏ ਇਸ ਜਹਾਨ ਮਿਲੇ ਤੇ ਹੋਣਗੇ ਉਸ ਜਹਾਨ ਮਿਲੇ ਲਾਹੀਆਂ ਮੋਟੇ ਕਦੇ ਨਾ ਵਿੱਚ ਰੱਖ ਮੇਰਾ ਪਿਆਰ ਇੱਕ ਵਾਰ ਹਾਂਜੀ ਫਰੈਂਡਸ ਆਪਾਂ ਹੁਣ ਵਾਪਸ ਚੱਲੇ ਹਾਂ ਜੀ ਵਿਆਹ ਤੋਂ ਵਿਦਾਈ ਹੋਣੀ ਰਹਿ ਗਈ ਆ ਜੀ ਬਾਕੀ ਸਾਰੀਆਂ ਰਸਮਾਂ ਪੂਰੀਆਂ ਹੋ ਗਈਆਂ ਤੇ ਦੂਰ ਦਾ ਸਫ਼ਰ ਆ ਜੀ ਅਮਰਗੜ੍ਹ ਕੋਲ ਆਏ ਸੀਗੇ ਆਪਾਂ ਅਮਰਗੜ੍ਹ ਹੀ ਅਮਰਗੜ੍ਹ ਆਏ ਸੀਗੇ ਹਾਂਜੀ ਹਾਂਜੀ ਤੇ ਹੁਣ ਅਸੀਂ ਸੋਚਿਆ ਵੀ ਚਲੋ ਘਰੇ ਚੱਲਦੇ ਹਾਂ ਥੋੜੀ ਜਿਹੀ ਸਾਡੇ ਸੱਟ ਲੱਗ ਗਈ ਸੀਗੀ ਐਕਸੀਡੈਂਟ ਹੋ ਗਿਆ ਸੀਗਾ ਹਾਂਜੀ ਮੇਰੇ ਕਾਫੀ ਬੈਕ ਤੇ ਸਪਾਈਨ ਤੇ ਸੱਟ ਆਈ ਸੀਗੀ ਤੇ ਸੋਚਿਆ ਵੀ ਚਲੋ ਠੰਡ ਹੋਣ ਤੋਂ ਪਹਿਲਾਂ ਘਰੇ ਚੱਲੀਏ ਫਿਰ ਨਾ ਠੰਡ ਦੇ ਵਿੱਚ ਜੀ ਉਹਨੂੰ ਸੱਟ ਜ਼ਿਆਦਾ ਪੇਨ ਦਿੰਦੀ ਆ ਸੋ ਚਲੋ ਵੀਡੀਓ ਨੂੰ ਲਾਈਕ ਕਰ ਦਿਓ ਜੀ ਸ਼ੇਅਰ ਕਰ ਦਿਓ ਜਿੱਦਾਂ ਪਹਿਲੇ ਬਲੌਗ ਨੂੰ ਕਰਿਓ ਹਾਂਜੀ ਵਧੀਆ ਲੱਗਿਆ ਕਮੈਂਟ ਜ਼ਰੂਰ ਕਰਕੇ ਦੱਸਿਓ ਤੇ ਇਦਾਂ ਦੇ ਬਲੌਗ ਹੋਰ ਲੈ ਕੇ ਆਈਏ ਤੁਹਾਡੇ ਲਈ ਇਹ ਵੀ ਜ਼ਰੂਰ ਸਾਨੂੰ ਕਮੈਂਟ ਕਰਕੇ ਦੱਸਿਓ ਤੇ ਕਮੈਂਟ ਤੁਸੀਂ ਕਰਦੇ ਨਹੀਂਗੇ ਹੈਗੇ ਚਲੋ ਠੀਕ ਹੈ ਜੀ ਸ਼ੇਅਰ ਕਰ ਦਿਓ ਜਿੱਦਾਂ ਪਹਿਲਾਂ ਵਾਲੀ ਵੀਡੀਓ ਨੂੰ ਪਿਆਰ ਦਿੱਤਾ ਉਦਾਂ ਇਹਨੂੰ ਵੀ ਪਿਆਰ ਦਿਓ ਤੇ ਜੇ ਨਵੇਂ ਹੋ ਚੈਨਲ ਤੇ ਸਬਸਕ੍ਰਾਈਬ ਕਰ ਲਿਓ ਥੈਂਕ ਯੂ ਸੋ ਮੱਚ ਫੋਰ ਵਾਚਿੰਗ ਮਿਲਦੇ ਹਾਂ ਇੱਕ ਨਵੀਂ ਵੀਡੀਓ ਚ ਤਦ ਤੱਕ ਆਪਣਾ ਖਿਆਲ ਰੱਖਿਓ ਜੀ ਸਤਿ ਸ਼੍ਰੀ ਅਕਾਲ